ਕੱਲੇ ਬੰਦੇ ਤੇ ਕਿਤੇ ਹੋਵਾਂ ਤੇ ਮੇਰੇ ਮਕਾਨ ਦੀ ਛੱਤ ਗਿਰ ਗਈ ਤੇ ਵਾਲ-ਵਾਲ ਬਣੀ। ਇੱਕ ਪਾਸੇ ਦਾ ਸਰਕਾਰਾਂ ਗਰੀਬ ਵਰਗ ਲਈ ਅਨੇਕਾਂ ਸਕੀਮਾਂ ਚਲਾ ਕੇ ਉਹਨਾਂ ਨੂੰ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਅਫਸਰ ਸ਼ਾਹੀ ਵੱਲੋਂ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ। ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਨਗਰ ਕੌਂਸਲ ਬਰੇਟਾ ਤੋਂ, ਜਿੱਥੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਲੈ ਕੇ ਗਰੀਬ ਲੋਕਾਂ ਨੂੰ ਨਗਰ ਕੌਂਸਲ ਦਫ਼ਤਰ ਦੇ ਧੱਕੇ ਖਾਣੇ ਪੈ ਰਹੇ ਹਨ। ਨਗਰ ਕੌਂਸਲ ਵੱਲੋਂ ਕੁਝ ਸ਼ਰਤਾਂ ਗਰੀਬਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ। ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਦਿਨੀ ਹੋਈ ਬਰਸਾਤ ਕਾਰਨ ਦੋ ਗਰੀਬ ਘਰਾਂ ਦੇ ਪਰਿਵਾਰਾਂ ਦੀ ਛੱਤ ਡਿੱਗ ਗਈ, ਜਿਸ ਵਿੱਚ ਸੁੱਖ ਦੀ ਗੱਲ ਇਹ ਰਹੀ ਕਿ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦੀ ਸਾਰ ਕਿਸੇ ਵੀ ਅਧਿਕਾਰੀ ਨੇ ਨਹੀਂ ਲਿੱਤੀ। ਇਹਨਾਂ ਪਰਿਵਾਰਾਂ ਨੇ ਮੋਦੀ ਸਰਕਾਰ ਵੱਲੋਂ ਚਲਾਈ ਸਕੀਮ ਹਾਊਸ ਆਫ ਲਾ ਦੇ ਦੋ ਵਾਰੀ ਫਾਰਮ ਵੀ ਭਰੇ ਨੇ। ਉਹਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਪੱਖਪਾਤੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਧਿਕਾਰੀਆਂ ਵੱਲੋਂ ਅਸਲੀ ਲਾਭਪਾਤਰੀਆਂ ਨੂੰ ਲਾਭ ਨਹੀਂ ਦਿੱਤਾ ਜਾਂਦਾ, ਸਗੋਂ ਚਹੇਤਿਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਇੱਥੇ ਕਿਸੇ ਗਰੀਬ ਦੀ ਸੁਣਵਾਈ ਨਹੀਂ ਹੁੰਦੀ। ਇਸ ਬਾਰੇ ਜਦੋਂ ਭਰਤੀਵੀਰ ਸਿੰਘ ਈਓ ਨਗਰ ਕੌਂਸਲ ਬਰੇਟਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਜਾਂਚ ਕਰਕੇ ਇੱਕ ਹਫ਼ਤੇ ਦੇ ਅੰਦਰ ਇਹਨਾਂ ਮੁਸ਼ਕਲਾਂ ਦਾ ਹੱਲ ਕੀਤੇ ਜਾਣ ਦਾ ਵਿਸ਼ਵਾਸ ਦਿਵਾਇਆ। ਉੱਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਕਿਹਾ ਕਿ ਮੇਰੇ ਮਕਾਨ ਦੀ ਛੱਤ ਡਿੱਗੀ, ਜਿਸ ਤੋਂ ਮੇਰੇ ਬੱਚੇ ਬਾਲ-ਬਾਲ ਬਚੇ। ਮੇਰੇ ਘਰ ਦਾ ਸਾਰਾ ਸਮਾਨ ਟੁੱਟ ਚੁੱਕਾ ਹੈ। ਮੈਂ ਦੋ ਵਾਰੀ ਫਾਈਲ ਭਰ ਚੁੱਕੀ ਹਾਂ, ਪਰ ਸਰਕਾਰ ਵੱਲੋਂ ਮੇਰੀ ਕੋਈ ਵੀ ਮਦਦ ਨਹੀਂ ਕੀਤੀ ਗਈ। ਮੇਰੇ ਮਕਾਨ ਗਿਰ ਗਏ, ਸੱਤ ਗਿਰਨਾ ਹੀ ਹੋ ਰਹੀ ਹੈ। ਮੈਂ ਹੁਣ ਹਾਂ ਚਾਹੁੰਦੀ ਹਾਂ ਵੀ ਮੇਰੇ ਤੋਂ ਡਰ ਹੈ, ਮੇਰੇ ਗਵਾਂਢੀ ਦਾ ਡਿੱਗ ਗਏ, ਮਤਲਬ ਮੇਰੇ ਵੀ ਖਤਰਾ ਹੈ। ਹੁਣ ਮੈਂ ਸਰਕਾਰ ਵੱਲੋਂ ਆਹ ਹੀ ਆਦੇਸ਼ ਕਰਦੇ ਵੀ ਪੈਸੇ, ਮੈਂ ਸੁਣਿਆ ਵੀ ਸਰਕਾਰ ਪੈਸੇ ਦੇਣ ਲੱਗ ਰਹੇ, ਹੁਣ ਆਪਣੇ ਮਤਲਬ ਮੇਰੀ ਮੇਰੇ ਮਦਦ ਕਰੇ। ਤੁਹਾਨੂੰ ਪਤਾ ਹੀ ਪੈਸੇ ਆ ਰਹੇ ਤੁਹਾਡੇ? ਹਾਂ ਪੈਸੇ ਕਹਿੰਦੇ ਲੋਕਾਂ ਤੋਂ ਸੁਣੇ ਜਾਂਦੇ ਆ ਰਹੇ ਹੈ, ਹੁਣ ਪੈਸੇ ਆ ਪਤਾ ਸੀ ਨੰਬਰ ਵਾਰਡ 'ਚ। ਹੁਣ ਮੇਰੀ ਮਦਦ ਕਰਨ ਨਾਲ ਹੈ ਨਹੀਂ, ਹੁਣ ਸਰਕਾਰ ਵੱਲੋਂ ਜੇ ਮਦਦ ਕਰ ਸਕੇ ਫਿਰ ਜ਼ਰੂਰ ਤੇ ਜ਼ਰੂਰ ਮੈਂ ਸੱਤ ਬਦਲਣਾ ਚਾਹੂੰ। ਪੈਸੇ ਆਪਣੇ ਕੋਲ ਕੋਈ ਗਰੀਬ ਮੇਰੇ ਪੈਸੇ ਨਹੀਂ, ਮੈਂ ਮਜ਼ਦੂਰ ਵਾਲੇ ਬੰਦੇ, ਮੈਂ ਇਕੱਲੇ ਬੰਦੇ ਕਿੱਧਰ ਕਿਤੇ ਹੋਵਾਂ। ਵਾਰਡ ਨੰਬਰ 7 ਬਰੇਟਾ ਪਿੰਡ ਨਜ਼ਦੀਕ ਬਾਗਾਣਾ ਖੂਹੀ, 3 ਵਾਰੀ ਮੈਂ ਫਾਰਮ ਭਰ ਚੁੱਕਾ ਜੀ, ਇਹਦੀ ਕੋਈ ਸੁਣਵਾਈ ਨਹੀਂ ਹੋਈ। ਕਮੇਟੀ ਵਾਲਾ ਕੋਈ ਸਰਕਾਰੀ ਦੇਖਣ ਨਹੀਂ ਆਇਆ ਮੁਲਾਜ਼ਮ ਜੀ, ਮੈਨੂੰ ਕੋਈ ਸਹੂਲਤ ਨਹੀਂ ਮਿਲੀ। ਆ ਕੁਛ ਦਿਨ ਪਹਿਲਾਂ ਬਾਰਿਸ਼ ਹੋਈ ਸੀ ਅਤੇ ਮੇਰੇ ਮਕਾਨ ਦੀ ਛੱਤ ਗਿਰ ਗਈ ਜੀ ਪਿਛਲੀ, ਅਤੇ ਬਾਲ ਬਾਲ ਬਚੇ ਜੀ ਅਸੀਂ। ਜਸਮੀਤ ਕੌਰ ਬੋਲਦੀ ਹਾਂ ਜੀ। ਕਿ ਮੇਰਾ ਮਕਾਨ ਸੀ, ਮਤਲਬ ਕਿ ਮਕਾਨ ਦੇ ਵਿੱਚ ਮੇਰੇ ਅੰਦਰ ਬੱਚੇ ਪਏ ਸੀ, ਮੀਂਹ ਆ ਰਿਹਾ ਸੀ ਜ਼ਿਆਦੇ, ਅਤੇ ਮੇਰੇ ਬੱਚੇ ਬਚ ਗਏ। ਅਤੇ ਮੈਂ ਆਖਿਆ ਵੀ ਚੱਲ ਜਦੋਂ ਛੱਤ ਡਿੱਗ ਗਈ ਮੇਰੀ ਜੀ, ਮੇਰਾ ਸਮਾਨ ਵੀ ਟੁੱਟ ਗਿਆ, ਅਤੇ ਜਿਹੜਾ ਮੇਰੇ ਕੋਲ ਪੈਸਾ ਮਾੜਾ ਮੋਟਾ ਹੁੰਦਾ ਮੈਂ ਉਹੀ ਫਾਈਲ ਭਰ ਦਿੰਦੀ ਹੈਗੀ ਜੀ। ਅਤੇ ਮੈਂ ਕਮੇਟੀ ਵਿੱਚ ਵੀ ਮੈਂ ਕਈ ਫਾਈਲਾਂ ਦੇ ਚੁੱਕੀ, ਅਤੇ ਜਦ ਮੈਂ ਹੁਣ ਵੀ ਗਈ ਮੈਂ ਕਹਿੰਦੀ ਤੁਸੀਂ ਮੇਰੇ ਘਰ ਦੀ ਇੱਕ ਵਾਰੀ ਦੇਖੋ ਜਾ ਕੇ, ਮੇਰਾ ਘਰ ਡਿੱਗਿਆ ਪਿਆ, ਤੁਸੀਂ ਮਾੜੀ ਮੋਟੀ ਹੈਲਪ ਕਰੋ। ਅਤੇ ਮੈਨੂੰ ਕਹਿਣ ਲੱਗੇ, ਜੇ ਮੈਂ ਗਈ ਕਮੇਟੀ ਦੇ ਵਿੱਚ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਭਾਈ ਉਦੋਂ ਤਾਂ ਕਹਿੰਦਾ ਪੈਸਾ ਨਹੀਂ ਆਉਂਦਾ ਕੋਈ। ਮੈਂ ਆਖਿਆ ਜੀ ਜਦੋਂ ਫਿਰ ਪੈਸੇ ਨਹੀਂ ਆਉਂਦਾ ਹੈਗਾ ਗਾਬੀ, ਤੁਸੀਂ ਜਦੋਂ ਮੈਂ ਫਾਈਲਾਂ ਭਰਦੀ ਹਾਂ ਉਹੀ ਗੁਰਜਾ ਦੇ ਪੈਸੇ ਹੁੰਦੇ ਨੇ, ਉਹੀ ਮੈਂ ਫਾਈਲ ਤੇ ਭਰ ਦਿੰਦੀ ਹੈਗੀ। ਤੇ ਜੇ ਮੈਂ ਕੱਲ ਗਈ ਉਹਦੇ ਕੋਲ, ਕੱਲ ਦੁਬਾਰਾ ਗਈ ਜੀ, ਮੈਂ ਫੋਟੋ ਵੀ ਦੇ ਦਿੰਦੀ ਹਾਂ, ਤੁਸੀਂ ਮੇਰੇ ਘਰ ਦੀ ਹਾਲਤ ਜਾ ਕੇ ਦੇਖੋ, ਵੀ ਮੇਰੇ ਬੱਚੇ ਵੀ ਮਸਾਂ ਬਚੇ ਨੇਗੇ, ਸਮਾਨ ਵੀ ਫੁੱਟ ਗਿਆ ਮੇਰਾ, ਮੈਂ ਕਿੱਥੋਂ ਬਣਾਉਂਗੀ ਜੀ ਪੈਸੇ, ਤੇ ਮੇਰੇ ਕੋਲ ਕੋਈ ਵੀ ਇੰਤਜ਼ਾਮ ਨਹੀਂ ਹੈਗਾ ਗਾ। ਪੈਸੇ ਪਾ ਦਾਂਗੇ। ਤੀਸਰੀ ਗੱਲ ਇਹ ਹੈ ਕਿ ਜਿਹੜੀ ਤੀਸਰੀ ਕਿਸ਼ਤ ਪੈਣੀ ਹੈ ਜਦ ਲੋਕ ਆਪਣਾ ਕਲੀ ਵਗੈਰਾ ਕਰਨਗੇ ਉਸ ਟਾਈਮ ਦੇਣੀ ਹੈ।
ਤਾਂ ਉਹਦੀ ਫੋਟੋ ਦੇਣਗੇ ਸਾਨੂੰ, ਅਸੀਂ ਜਾ ਕੇ ਮੌਕਾ ਦੇਖਾਂਗੇ, ਉਹ ਪਾ ਦਾਂਗੇ, ਪੈਸੇ ਸਾਡੇ ਕੋਲ ਹੈਗੇ ਹੈ। ਚੌਥੀ ਕਿਸ਼ਤ ਅਸੀਂ ਦੇਣੀ ਜਦ ਲੋਕੋ ਲਾਣਗੇ ਉੱਥੇ ਕੰਮ ਕਿਰਾਏ ਦਾ, ਠੀਕ ਹੈ, ਉਹਦੇ ਬਾਅਦ ਪੈਸੇ ਪਾ ਦਾਂਗੇ। ਬਾਕੀ ਇਸ ਤੋਂ ਇਲਾਵਾ ਜਿਹੜੀ ਹੋਰ ਵੀ ਐਪਲੀਕੇਸ਼ਨ ਆ ਰਹੀ ਹੈ ਸਾਡੇ ਕੋਲ, ਜਿਹੜੇ ਲੋਕ ਜ਼ਰੂਰਤਮੰਦ ਹੈ, ਉਹ ਅਸੀਂ ਮੌਕਾ ਦੇਖ ਕੇ ਕਿ ਠੀਕ ਹੈ ਉਹ ਵੀ ਅਸੀਂ ਅਪਡੇਟ ਕਰ ਰਹੇ ਹਾਂ, ਉਹਦੇ ਵਿੱਚ ਅਪਲੋਡ ਕਰਾ ਰਹੇ ਹਾਂ ਕੰਪਿਊਟਰ ਦੇ ਵਿੱਚ। ਤਾਂ ਸਰਕਾਰ ਦਾ ਵੀ ਸਾਨੂੰ ਇਹੀ ਹੁਕਮ ਹੈ ਕਿ ਬਈ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਦੀ ਕੇਸ ਤਿਆਰ ਕਰਕੇ ਭੇਜੋ, ਔਰ ਅਸੀਂ ਭੇਜ ਰਹੇ ਹਾਂ। ਇਹਦੇ ਵਿੱਚ ਕਿਸੇ ਕਿਸਮ ਦੀ ਅਣਗਹਿਲੀ, ਲਾਪਰਵਾਹੀ, ਦੇਰੀ ਬਿਲਕੁਲ ਨਹੀਂ ਹੋ। ਇੱਕ ਸਰ ਜਿਹੜੇ ਪਹਿਲਾਂ ਭਰੇ ਹੋਏ ਆ ਜੀ ਕੇਸ, ਉਹ ਕਹਿੰਦੇ ਵੀ ਸਾਨੂੰ ਮਤਲਬ ਉਹ ਰਿਜੈਕਟ ਹੋ ਗਏ ਵੈਸੇ, ਜਾਂ ਦੁਬਾਰੇ ਭਰੇ ਹੋਏ ਆ ਉਸ ਤਰ੍ਹਾਂ? ਦੇਖੋ, ਜਿਹੜੇ ਪਹਿਲੇ ਕੇਸ ਉਰੇ ਹੈਗੇ ਸੀ ਉਸ ਬਾਰੇ ਮੈਨੂੰ ਨਹੀਂ ਪਤਾ, ਮੈਂ ਕਿਉਂਕਿ ਉਹਨੀ 4-5 ਦਿਨ ਪਹਿਲਾਂ ਹੀ ਆਇਆ। ਜਿਹੜੇ ਵੀ ਮੇਰੀ ਨੌਲੇਜ 'ਚ ਕੇਸ ਆਏ ਹੈ ਜਿਹੜੇ ਸਹੀ ਹੈ, ਉਹਨਾਂ ਦੇ ਪੈਸੇ ਜਾਂ ਤਾਂ ਪਾ ਦਿੱਤੇ ਗਏ ਹੈ ਜਾਂ 1-2 ਦਿਨ 'ਚ ਪਾ ਦਿੱਤੇ ਜਾਣਗੇ।